ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿੱਚ ਦੋ ਥਾਈ ਮੁਕਾਬਲਾ। ਦੋਵਾਂ ਮੁਕਾਬਲਿਆਂ ਵਿੱਚ ਕੁੱਲ 6 ਅੱਤਵਾਦੀ ਹਲਾਕ, 2 ਜਵਾਨ ਸ਼ਹੀਦ। ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ। ਜਲੰਧਰ ਪੱਛਮੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੌਰ ਉੱਤੇ ਆਮ ਆਦਮੀ ਪਾਰਟੀ ਨੇ ਲਗਾਏ ਇਲਜ਼ਾਮ। ਕਿਹਾ ਡਿਪਟੀ ਮੇਅਰ ਰਹਿੰਦਿਆਂ ਸੁਰਿੰਦਰ ਕੌਰ ਨੇ ਕੀਤਾ ਭ੍ਰਿਸ਼ਟਾਚਾਰ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਅੰਮ੍ਰਿਤਪਾਲ ਦੇ ਮਾਪਿਆਂ ਵੱਲੋਂ ਮੁਲਾਕਾਤ। ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਕੀਤੀ ਮੰਗ। ਤੇ ਹੁਣ ਖਬਰਾਂ ਵਿਸਥਾਰ ਨਾਲ। ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਚੱਲ ਰਹੇ ਦੋਹਰੇ ਮੁਕਾਬਲਿਆਂ ਵਿੱਚ 6 ਅੱਤਵਾਦੀ ਮਾਰੇ ਗਏ ਨੇ। ਅਧਿਕਾਰੀਆਂ ਨੇ ਦੱਸਿਆ ਕਿ ਮੁਦੇਰਗਾਮ ਮੁਕਾਬਲੇ ਵਾਲੀ ਜਗ੍ਹਾ ਤੋਂ 2 ਹੋਰ ਲਾਸ਼ਾਂ ਮਿਲਣ ਦੇ ਨਾਲ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ। ਮੁਕਾਬਲੇ ਵਿੱਚ ਪੈਰਾ ਕਮਾਂਡੋ ਲਾਂਸ ਨਾਇਕ ਪ੍ਰਦੀਪ ਨਾਇਨ ਅਤੇ ਰਾਸ਼ਟਰੀ ਰਾਈਫਲਸ ਦੇ ਹੌਲਦਾਰ ਰਾਜਕੁਮਾਰ ਸ਼ਹੀਦ ਹੋ ਗਏ। ਕੁਲਗਾਮ ਜ਼ਿਲ੍ਹੇ ਦੇ ਦੋ ਪਿੰਡਾਂ ਚਨੀਗਾਮ ਅਤੇ ਮੁਦੇਰਗਾਮ ਵਿੱਚ ਸ਼ਨੀਵਾਰ ਨੂੰ ਮੁਕਾਬਲਾ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਚਨੀਗਾਮ ਪਿੰਡ ਵਿੱਚ ਸੁਰੱਖਿਆ ਫੋਰਸਾਂ ਨਾਲ ਚੱਲ ਰਹੇ ਮੁਕਾਬਲੇ ਵਿੱਚ ਸ਼ਨੀਵਾਰ ਨੂੰ ਹਿਜਬੁਲ ਮੁਜਾਹਿਦੀਨ ਦੇ ਇੱਕ ਕਮਾਂਡਰ ਸਮੇਤ ਕੁੱਲ 4 ਅੱਤਵਾਦੀ ਮਾਰੇ ਗਏ ਸਨ। ਅਧਿਕਾਰੀ ਨੇ ਅੱਗੇ ਦੱਸਿਆ ਕਿ ਚਨੀਗਾਮ ਪਿੰਡ ਵਿੱਚ ਮੁਹਿੰਮ ਅਜੇ ਵੀ ਜਾਰੀ ਹੈ। ਜਲੰਧਰ ਪੱਛਮੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੌਰ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ। ਸੀਨੀਅਰ ਆਗੂ ਪਵਨ ਕੁਮਾਰ ਟੀਨੂ ਅਤੇ ਰਾਜਵਿੰਦਰ ਕੌਰ ਥਿਆੜਾ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਡਿਪਟੀ ਮੇਅਰ ਰਹਿੰਦਿਆਂ ਸੁਰਿੰਦਰ ਕੌਰ ਨੇ ਭ੍ਰਿਸ਼ਟਾਚਾਰ ਕੀਤਾ ਅਤੇ ਆਪਣੇ ਪਰਿਵਾਰ ਨੂੰ ਫਾਇਦਾ ਪਹੁੰਚਾਇਆ। ਉਨ੍ਹਾਂ ਦਾਅਵਾ ਕੀਤਾ ਕਿ ਕਮਰਸ਼ੀਅਲ ਪ੍ਰਾਪਰਟੀ ਵਿੱਚ ਰਿਹਾਇਸ਼ੀ ਪਲਾਟ ਕੱਟ ਕੇ ਵੇਚੇ ਗਏ ਨੇ। ਉਨ੍ਹਾਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸੁਰਿੰਦਰ ਕੌਰ ਜੀ ਜਿਹੜੇ ਉਮੀਦਵਾਰ ਨੇ, ਜਿਹੜੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ, ਜਿਹੜੇ ਹੁਣ ਉਮੀਦਵਾਰ ਨੇ ਕਾਂਗਰਸ ਦੇ, ਇਹ ਸਵਾਲ ਤਾਂ ਲੋਕ ਉਹਨਾਂ ਨੂੰ ਕਰਦੇ ਹੀ ਆ ਕਿ ਤੁਸੀਂ 5 ਸਾਲ ਗੈਰ ਹਾਜ਼ਰ ਰਹੇ, ਤਾਂ ਇਹਦੀ ਪ੍ਰੋਬਲਮ ਹੈ। ਕਿਤੇ ਗਲੀ ਦੀ ਪ੍ਰੋਬਲਮ, ਸੜਕ ਦੀ ਪ੍ਰੋਬਲਮ, ਰੋਸ਼ਨੀ ਦੀ ਪ੍ਰੋਬਲਮ, ਕਿਤੇ ਪਾਰਕ ਦੀ ਪ੍ਰੋਬਲਮ, ਕਿਤੇ ਸਰਕਾਰੀ ਸਕੂਲ ਦੀ ਪ੍ਰੋਬਲਮ। ਬੀਬੀ ਜੀ ਕਿਤੇ ਵੀ ਜਾ ਕੇ ਆਪਣੀ ਹਾਜ਼ਰੀ ਦਰਜ ਨਹੀਂ ਕਰਾ ਸਕੇ, ਕਿਸੇ ਦੀ ਕੋਈ ਮੁਸ਼ਕਲ ਹੱਲ ਨਹੀਂ ਕਰ ਸਕੇ 5 ਸਾਲ ਪਾਵਰ 'ਚ ਰਹਿੰਦਿਆਂ। ਆਹ ਏਰੀਆ ਹੈ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਕੇ ਆਏ ਹੋਵੋਗੇ, ਜਿਹਨੂੰ ਸ਼ਾਇਦ ਤੁਸੀਂ ਵੀ ਵੇਖ। ਇੱਥੇ ਪਹਿਲਾਂ ਸ਼ੈੱਡ ਸੀ ਕੋਕਾ ਕੋਲਾ ਦੀ ਬਹੁਤ ਵੱਡੀ ਦਿਓਲ ਨਗਰ 'ਚ, ਹੁਣ ਸਾਫ਼ ਹੋ ਗਈ। ਹੁਣ ਇਹਦੇ 4-4, 5-5 ਮਰਲੇ ਦੇ ਪਲਾਟ ਕੱਟ ਕੇ ਵੇਚੇ ਜਾ ਰਹੇ। ਉਹਦਾ ਸਬੂਤ ਹੈ ਕਿ ਆਹ ਇੱਕ ਰਜਿਸਟਰੀ ਆ ਤਕਰੀਬਨ 3 ਮਰਲੇ ਦੀ, 3 ਮਰਲੇ ਵੱਡੇ, ਜਿਹਦੇ ਵਿੱਚ ਉਹਨਾਂ ਦੇ ਬੇਟੇ ਦੀ ਫੋਟੋ ਹੈ ਔਰ ਉਹਨਾਂ ਦੇ ਬੇਟੇ ਕਰਨ ਦਾ ਹੀ ਨਾਮ ਹੈ। ਉਹਨਾਂ ਨੇ ਅੱਗੋਂ ਛੋਟੇ ਪਲਾਟ ਬਣਾ ਕੇ ਇਹਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਇਲੀਗਲ ਹੈ, ਗੈਰ ਕਾਨੂੰਨੀ ਹੈ, ਬਿਨਾਂ ਕਿਸੇ ਪ੍ਰਵਾਨਗੀ ਦੇ ਹੈ। ਜੇ ਉਹ ਆਪਣੇ ਪਰਿਵਾਰਾਂ ਲਈ, ਆਪਣੇ ਬੱਚਿਆਂ ਲਈ ਇੱਦਾਂ ਦੇ ਇਲੀਗਲ ਕੰਮ ਕਰਨਗੇ, ਤਾਂ ਫਿਰ ਹੁਣ ਤਾਂ ਉਹ ਦੂਜੀ ਵਿਧਾਨ ਸਭਾ ਦੀ ਚੋਣ ਲੜ ਰਹੇ ਆ। ਅੱਗੇ ਤੋਂ ਕਾਰਪੋਰੇਸ਼ਨ 'ਚ ਸੀ ਪਾਵਰ 'ਚ, ਲੋਕਾਂ ਦਾ ਕੋਈ ਕੰਮ ਕਰਨ ਤੋਂ ਤਾਂ ਨਹੀਂ ਕੀਤਾ, ਲੇਕਿਨ ਆਪਣੇ ਪਰਿਵਾਰ ਦੀ ਸੇਵਾ ਕਰਨੀ ਸ਼ੁਰੂ ਕਰਤੀ। ਜੇ ਉਹ MLA ਬਣਦੇ ਆ ਤਾਂ ਫਿਰ ਤਾਂ ਇਸ ਤੋਂ ਵੱਡੇ ਵੱਡੇ ਹੇਰਾਫੇਰੀ ਦੇ ਰਿਕਾਰਡ ਟੁੱਟ ਸਕਦੇ ਆ।
ਆਮ ਆਦਮੀ ਪਾਰਟੀ ਹਰਿਆਣਾ ਦੇ ਸੂਬਾ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੇ ਕਿਹਾ ਕਿ ਹਰਿਆਣਾ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ ਕਿਉਂਕਿ ਭਾਜਪਾ ਨੇ ਇੱਕ ਦਹਾਕੇ ਤੋਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਨਹੀਂ ਕੀਤਾ। ਉਹਨਾਂ ਕਿਹਾ ਕਿ ਪਿਛਲੀ ਵਾਰ ਵੀ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ ਅਤੇ ਲੱਖਾਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਸਨ, ਫਿਰ ਵੀ ਸੂਬਾ ਸਰਕਾਰ ਨੇ ਸਬਕ ਨਹੀਂ ਸਿੱਖਿਆ। ਹਰਿਆਣਾ ਕੇ ਸਰ ਪਰ ਇਸ ਬਾਰ ਵੀ ਬਾੜ ਕਾ ਖਤਰਾ ਮੰਡਰਾ ਰਹਾ ਹੈ, ਕਿਉਂਕਿ ਭਾਰਤੀਯ ਜਨਤਾ ਪਾਰਟੀ ਕੀ ਸਰਕਾਰ ਨੇ ਨਦੀਓ ਕੇ ਤਟਬੰਧ ਕੋ ਮਜ਼ਬੂਤ ਕਰਨੇ ਕਾ, ਨਾਲੋਂ ਕੇ ਤਟਬੰਧ ਕੋ ਮਜ਼ਬੂਤ ਕਰਨੇ ਕਾ ਕੋਈ ਕਾਮ ਪਿਛਲੇ ਇੱਕ ਸਾਲ ਮੇਂ ਨਹੀਂ ਕੀਆ। ਪਿਛਲੀ ਬਾਰ ਜੋ ਬਾੜ ਆਈ ਉਸਸੇ ਲਾਖੋਂ ਕਿਸਾਨੋਂ ਕਾ ਨੁਕਸਾਨ ਹੁਆ, ਲਾਖੋਂ ਲੋਗੋਂ ਕਾ ਜਾਨਮਾਲ ਕਾ ਨੁਕਸਾਨ ਹੁਆ, ਲੇਕਿਨ ਉਸਕੇ ਬਾਵਜੂਦ ਵੀ ਹਰਿਆਣਾ ਕੀ ਬੀਜੇਪੀ ਸਰਕਾਰ ਨੇ ਕੋਈ ਸਬਕ ਨਹੀਂ ਲਿਆ। ਸਬਸੇ ਪਹਿਲੇ ਤੋ ਪਿਛਲੀ ਬਾਰ ਜੋ ਲਾਖੋਂ ਕਿਸਾਨੋਂ ਕਾ ਨੁਕਸਾਨ ਹੁਆ ਥਾ ਉਸਕੇ 1,30,000 ਸੇ ਜ਼ਿਆਦਾ ਆਵੇਦਨ ਆਏ ਥੇ ਮੁਆਵਜ਼ੇ ਕੇ ਲੀਏ, ਨਾ ਤੋ ਸਰਕਾਰ ਨੇ ਉਨਕੋ ਮੁਆਵਜ਼ਾ ਦਿਆ। 1,00,000 ਸੇ ਜ਼ਿਆਦਾ ਕਿਸਾਨ ਜਿਨ੍ਹੋਂਨੇ ਅਪਲਾਈ ਕੀਆ ਥਾ ਮੁਆਵਜ਼ੇ ਕੇ ਲੀਏ ਉਨਕੋ ਮੁਆਵਜ਼ਾ ਹੀ ਨਹੀਂ ਦਿਆ ਗਿਆ, ਔਰ ਉਸਕੇ ਬਾਅਦ ਨਾ ਹੀ ਪਿਛਲੀ ਬਾਰ ਕੀ ਬਾੜ ਸੇ ਕੋਈ ਸਬਕ ਲੈਣੇ ਕਾ ਕਾਮ ਕਿਸੇ ਵੀ ਤਰੀਕੇ ਕਾ ਭਾਰਤੀਯ ਜਨਤਾ ਪਾਰਟੀ ਕੀ ਸਰਕਾਰ ਨੇ ਕੀਆ। ਜਗ੍ਹਾ ਜਗ੍ਹਾ ਤਟਬੰਧ ਕਮਜ਼ੋਰ ਹੈ, ਉਨ ਪਰ ਲੀਪਾ ਪੋਤੀ ਕਰ ਦੀ ਜਾਤੀ ਹੈ, ਲੇਕਿਨ ਉਨ ਤਟਬੰਧੋਂ ਕੋ ਮਜ਼ਬੂਤ ਕਰਨੇ ਕਾ ਕਾਮ ਕਹੀਂ ਵੀ ਯਮੁਨਾ ਕਿਨਾਰੇ ਪਰ ਨਹੀਂ ਹੁਆ। ਇਸਕੇ ਇਲਾਵਾ ਪਿਛਲੀ ਵਾਰ ਟਾਂਗਰੀ ਨਦੀ ਨੇ ਜੋ ਉਤਪਾਤ ਅੰਬਾਲਾ ਮੈਂ ਮਚਾਇਆ ਥਾ ਉਸ ਟਾਂਗਰੀ ਨਦੀ ਕੇ ਤਟਬੰਧੋਂ ਕੋ ਮਜ਼ਬੂਤ ਕਰਨੇ ਕੇ ਲੀਏ ਵੀ ਕੋਈ ਕਾਮ ਨਹੀਂ ਹੁਆ। ਮਾਰਕੰਡਾ ਕੇ ਕਿਨਾਰੋਂ ਕੋ ਮਜ਼ਬੂਤ ਕਰਨੇ ਕਾ ਕੋਈ ਕਾਮ ਨਹੀਂ ਹੁਆ। ਘੱਗਰ ਜੋ ਪੂਰਾ ਕੈਥਲ ਫਤਿਹਾਬਾਦ ਸਿਰਸਾ ਤੱਕ ਜਾਤੀ ਹੈ ਵਹਾਂ ਵੀ ਉਸਕੇ ਤਟਬੰਧੋਂ ਕੋ ਮਜ਼ਬੂਤ ਕਰਨੇ ਕੇ ਲੀਏ ਕੋਈ ਕਾਮ ਭਾਰਤੀਯ ਜਨਤਾ ਪਾਰਟੀ ਕੀ ਸਰਕਾਰ ਨੇ ਨਹੀਂ ਕੀਆ। ਇਸਕਾ ਮਤਲਬ ਹਰਿਆਣਾ ਕੇ ਲੋਗੋਂ ਕੇ ਜਾਨ ਮਾਲ ਕੇ ਨੁਕਸਾਨ ਸੇ ਭਾਰਤੀਯ ਜਨਤਾ ਪਾਰਟੀ ਕੀ ਸਰਕਾਰ ਕੋ ਕੋਈ ਲੈਣਾ ਦੇਣਾ ਨਹੀਂ ਹੈ। ਲੰਮਾ ਸਮਾਂ ਜਲਾਵਤਨ ਰਹੇ ਖਾੜਕੂ ਸੰਘਰਸ਼ ਦੇ ਮਹਾਨ ਯੋਧੇ ਭਾਈ ਵਸਣ ਸਿੰਘ ਜਫਰਵਾਲ ਦੇ ਸਤਿਕਾਰਯੋਗ ਮਾਤਾ ਕੁਲਵੰਤ ਕੌਰ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਅੱਜ ਉਹਨਾਂ ਦੇ ਨਿਮਿਤ ਅੰਤਿਮ ਅਰਦਾਸ ਮੌਕੇ ਧਾਰਮਿਕ ਸਿਆਸੀ ਤੇ ਹੋਰ ਸ਼ਖਸੀਅਤਾਂ ਵੱਲੋਂ ਜਫਰਵਾਲ ਪਹੁੰਚ ਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਖਾੜਕੂ ਸੰਘਰਸ਼ ਦੌਰਾਨ ਮਹਾਨ ਆਗੂ ਭਾਈ ਵਸਣ ਸਿੰਘ ਜਫਰਵਾਲ ਵੱਲੋਂ ਲੜੇ ਗਏ ਲੰਬੇ ਸੰਘਰਸ਼ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਭਾਈ ਸਾਹਿਬ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਵੀ ਅਰਦਾਸ ਬੇਨਤੀ ਕੀਤੀ ਗਈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੁਲਾਕਾਤ ਕੀਤੀ ਹੈ। ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਜੋ ਪਿਛਲੇ ਦਿਨੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਦਾ ਬਿਆਨ ਆਇਆ ਸੀ ਸਭ ਨੂੰ ਉਸ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਉਹ ਸਿੱਖੀ ਲਈ ਕੰਮ ਕਰ ਰਹੇ ਨੇ ਅਤੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਕੰਮ ਕਰਦੇ ਰਹਿਣਗੇ। ਦੂਜੇ ਪਾਸੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਾਣ ਬੁੱਝ ਕੇ ਕੇਂਦਰ ਸਰਕਾਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹੋਏ ਵੱਡੀ ਲੀਡ ਦੇ ਨਾਲ ਹਲਕਾ ਖਡੂਰ ਸਾਹਿਬ ਤੋਂ ਜਿੱਤੇ ਨੇ ਅਤੇ ਜਿਸ ਤਰੀਕੇ ਉਹਨਾਂ ਨੂੰ ਹਲਫ ਦਿਵਾਇਆ ਗਿਆ ਉਹ ਲੋਕਤੰਤਰ ਦਾ ਵੀ ਕਾਣਾ ਹੈ ਕਿ ਪਰਿਵਾਰ ਦੇ ਨਾਲ ਵੀ ਅੰਮ੍ਰਿਤਪਾਲ ਸਿੰਘ ਨੂੰ ਮੁਲਾਕਾਤ ਚੰਗੇ ਤਰੀਕੇ ਦੇ ਨਾਲ ਨਹੀਂ ਕਰਨ ਦਿੱਤੀ ਗਈ। ਪਰਿਵਾਰ ਨਾਲ ਪਿਆਰ ਹੈ ਔਰ ਇਹ ਅੱਜ ਮੈਂ ਮੰਜੀ ਸਾਹਿਬ ਕਥਾ ਕਰਨ ਆਇਆ, ਪਰਿਵਾਰ ਬੈਠਾ, ਅਸੀਂ ਗੱਲਾਂ ਬਾਤਾਂ ਕੀਤੀਆਂ ਅਤੇ ਸਰਕਾਰ ਨੂੰ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਹਾਂ ਕਿ ਸਿੱਖਾਂ ਦਾ ਵਿਤਕਰਾ ਜਿਹੜਾ ਹੈਗਾ ਉਹ ਕਿਸੇ ਕੀਮਤ ਦੇ ਉੱਤੇ ਹੋਣਾ ਨਹੀਂ ਚਾਹੀਦਾ ਔਰ ਹੋ ਰਿਹਾ। ਬਾਕੀ ਸਟੇਟਾਂ ਲਈ ਹੋਰ ਨਿਯਮ ਹੈ, ਪੰਜਾਬ ਲਈ ਹੋਰ ਨਿਯਮ ਹੈ। ਬਾਕੀ ਸਟੇਟਾਂ ਦੇ ਵਿੱਚ NSA ਸਾਲ ਦੀ ਹੈ, ਪੰਜਾਬ ਦੇ ਵਿੱਚ 2 ਸਾਲ ਦੀ ਹੈ। ਬਿਨਾਂ ਵਜ੍ਹਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖਣਾ ਇਹ ਗੈਰ ਵਾਜਬ ਹੈ, ਇਹ ਨਹੀਂ ਹੋਣਾ ਚਾਹੀਦਾ। ਇਹੋ ਅਸੀਂ ਪਰਿਵਾਰ ਨਾਲ ਮਿਲ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਤੇ ਵਿਚਾਰ ਵਿਮਰਸ਼ ਕੀਤਾ ਹੈਗਾ। ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਜਿਹੜੀ NSA,
ਕੀ ਮੰਸ਼ਾ ਸਮਝਦੇ ਇਹ ਸਰਕਾਰ ਦੀ ਜਿਹੜੀ ਬਦਨੀਤੀ ਹੈ ਜੀ, ਸਰਕਾਰ ਜਿਹੜੀ ਹੈ ਉਹ ਸਿੱਖਾਂ ਨਾਲ ਹਮੇਸ਼ਾ ਹੀ ਧੱਕਾ ਕਰਦੀ ਆਈ ਹੈ, ਔਰ ਇਹ ਵੀ ਇੱਕ ਕਿਸਮ ਦਾ ਧੱਕਾ ਹੀ ਹੈ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਾਲ ਦੀ NSA ਵਧਾ ਦਿੱਤੀ ਜਾਂਦੀ ਹੈ। ਇਹ ਧੱਕੇ ਤੋਂ ਵੱਧ ਕੁਝ ਨਹੀਂ ਜੀ। ਇਹ ਸਿੱਖਾਂ ਨੂੰ ਐਂ ਲੱਗਦਾ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ ਸ਼ਾਇਦ ਅਸੀਂ ਦੂਜੇ ਜਾਂ ਤੀਜੇ ਨੰਬਰ ਦੇ ਸ਼ਹਿਰੀ ਹਾਂ, ਨਿਵਾਸੀ ਹਾਂ। ਜੇਕਰ ਸਹੁੰ ਚੁਕਵਾਈ ਵੀ, ਉਹਦੇ ਲਈ ਬਹੁਤ ਸਾਰੀਆਂ ਸ਼ਰਤਾਂ ਸੀ ਪਰਿਵਾਰ ਨੂੰ ਮਿਲ, ਬੇਵਜ੍ਹਾ ਹਊਆ ਖੜਾ ਕੀਤਾ ਗਿਆ, ਫਲਾਨਾ ਨਹੀਂ ਮਿਲ ਸਕਦਾ ਜੀ, ਧਮਕਾ ਨਹੀਂ ਮਿਲ ਸਕਦਾ ਜੀ, ਉੱਥੇ ਬੜੀ ਟਾਈਟ ਸਕਿਉਰਿਟੀ ਦੇ ਵਿੱਚ ਲੈ ਕੇ ਆਉਂਦਾ, ਇੰਨੇ ਲੱਖ ਲੋਕਾਂ ਦਾ ਜਿਹੜਾ ਕਿੰਨੇ ਲੱਖ ਲੋਕਾਂ ਦਾ ਜਿਹੜਾ ਫਤਵਾ ਜਿਹੜਾ ਹੈਗਾ ਉਹਦਾ ਵੀ ਸਨਮਾਨ ਨਹੀਂ ਕਰ ਰਹੀ। ਆਪਣੇ ਆਪ ਨੂੰ ਹਿੰਦੁਸਤਾਨ ਬਹੁਤ ਵੱਡੀ ਦੁਨੀਆ ਦੀ ਜਿਹੜੀ ਹੈ ਡੈਮੋਕ੍ਰੇਸੀ ਅਖਵਾਉਂਦੀ ਹੈ, ਅਤੇ ਜੇ ਡੈਮੋਕ੍ਰੇਸੀ ਕੰਟਰੀ ਹੈ ਤਾਂ ਫਿਰ ਡੈਮੋਕ੍ਰੇਟਿਕ ਲੀਡਰ ਹੈ, ਡੈਮੋਕ੍ਰੇਟਿਕ ਪਾਰਟੀਆਂ ਨੇ, ਅਤੇ ਉਹਨਾਂ ਨੂੰ ਡੈਮੋਕ੍ਰੇਸੀ ਦਾ ਸਤਿਕਾਰ ਕਰਨਾ ਚਾਹੀਦਾ, ਅਤੇ ਡੈਮੋਕ੍ਰੇਸੀ ਦਾ ਸਤਿਕਾਰ ਕਰਦਿਆਂ ਬਿਨਾਂ ਸ਼ਰਤ ਜਿਹੜੀ ਹੈ ਸਿੱਖ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ। ਅਸੀਂ ਗੁਰੂ ਘਰ ਮੱਥਾ ਟੇਕਣਾ ਸੀ, ਕੁਦਰਤੀ ਉਹਨਾਂ ਦਾ ਮੇਲ ਹੋ ਗਿਆ, ਅਤੇ ਉਹ ਅੱਗੇ ਵੀ ਸਾਡੇ ਨਾਲ ਅਸੀਂ ਰੱਖਦੇ ਥੋੜ੍ਹਾ ਪਿਆਰ, ਅਤੇ ਔਖੇ ਸੌਖੇ ਵੇਲੇ ਸਾਡੀ ਉਹਨਾਂ ਨੇ ਹਮਾਇਤ ਕੀਤੀ, ਅਤੇ ਅਸੀਂ ਉਹਨਾਂ ਨੂੰ ਅੱਗੇ ਵੀ ਹਮਾਇਤ ਵਾਸਤੇ ਹੀ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਚੜ੍ਹ ਕੇ ਉਹਨਾਂ ਦੀ ਰਿਹਾਈ ਲਈ ਯਤਨ ਕਰਨ। ਬਾਕੀ ਗੁਰੂ ਮਹਾਰਾਜ ਦੇ ਅੱਗੇ ਅਸੀਂ ਇਹ ਬੇਨਤੀ ਕਰਨਾ ਹੈ ਕਿ ਅੱਗੇ ਜਿੱਦਾਂ ਤੁਸੀਂ ਉਹਨਾਂ ਚੋਣਾਂ ਸਫਲਤਾ ਬਖਸ਼ੀ ਆ, ਅਤੇ ਸਾਰੀ ਕੌਮ ਸਾਡੀ ਇੱਕ ਜਗ੍ਹਾ 'ਤੇ ਹੋਵੇ, ਅਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਹੋਰ ਸਾਡੇ ਮਸਲੇ ਆ, ਅਤੇ ਅਸੀਂ ਉਹਨਾਂ ਨੂੰ ਹੱਲ ਕਰਵਾ ਸਕਦੇ ਹਾਂ। ਦਿੱਲੀ ਦੇ ਇਤਿਹਾਸਕ ਗੁਰਦੁਆਰਾ ਮਜਨੂੰ ਕਟੇਲਾ ਵਿਖੇ ਮ੍ਰਿਤਕਾਂ ਦੇ ਫੁੱਲ ਜਲ ਪ੍ਰਵਾਹ ਕਰਨ ਵਾਲੀ ਥਾਂ ਦਾ ਨਵੀਨੀਕਰਨ ਕਰਨ ਤੋਂ ਬਾਅਦ ਅੱਜ ਇਸ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਘਾਟ ਦੀ ਕਾਰ ਸੇਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਨੀ ਦੀ ਸਵੈ ਸੇਵੀ ਸੰਸਥਾ ਸਨ ਫਾਊਂਡੇਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਗਈ ਹੈ। ਉਦਘਾਟਨ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਰਹੇ। ਸਾਰਿਆਂ ਨੇ ਇਸ ਕਾਰਜ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਸਥਾਨ ਦਾ ਨਵੀਨੀਕਰਨ ਕੀਤਾ ਗਿਆ ਅਤੇ ਥਾਂ ਨੂੰ ਹੋਰ ਸੁੰਦਰ ਬਣਾਇਆ ਗਿਆ। ਅੱਜ ਗੁਰਦੁਆਰਾ ਮਜਨੂੰ ਟਿੱਲਾ ਜਿਹੜਾ ਅਸਤ ਘਾਟ ਸੀ ਉਹਨੂੰ ਰੀਨੋਵੇਸ਼ਨ ਕਰਕੇ ਅੱਜ ਸੰਗਤਾਂ ਲਈ ਦੁਬਾਰਾ ਖੋਲ੍ਹਿਆ ਗਿਆ, ਔਰ ਇਹ ਸਥਾਨ ਜਿਹਦਾ ਨਾਮ ਅਸਤ ਘਾਟ ਗੁਰਦੁਆਰਾ ਮਜਨੂੰ ਟਿੱਲਾ ਰੱਖਿਆ ਗਿਆ। ਬਹੁਤ ਵੱਡੀ ਲੋੜ ਦਿੱਲੀ ਦੀਆਂ ਸੰਗਤਾਂ ਦੀ ਔਰ ਦਿੱਲੀ ਦੇ ਆਸ ਪਾਸ ਦੇ ਲੱਗਦੇ ਇਲਾਕੇ ਦੀਆਂ ਕਿ ਜਿਸ ਵਕਤ ਘਰਾਂ ਦਾ ਕੋਈ ਬਜ਼ੁਰਗ ਘਰ ਦਾ ਕੋਈ ਜੀ ਜਿਹੜਾ ਵਿਛੋੜਾ ਦੇ ਜਾਂਦਾ ਉਹਦੇ ਜਿਹੜੇ ਆਖਰੀ ਸਪਿਰਚੁਅਲ ਰਾਈਟਸ ਨੇ ਜਿਹੜੇ ਉਹਦੇ ਫੁੱਲ ਪ੍ਰਵਾਹ ਕਰਨ ਦੇ ਉਹ ਇੱਥੇ ਕੀਤੇ ਜਾਂਦੇ ਸੀ, ਮਗਰ ਬੜੇ ਸਮੇਂ ਤੋਂ ਸੰਗਤਾਂ ਦੀ ਮੰਗ ਸੀ ਕਿ ਇਸ ਨੂੰ ਤਰੀਕੇ ਦੇ ਨਾਲ ਬਣਾਇਆ ਜਾਏ। ਇਹ ਗੁਰਦੁਆਰਾ ਸਾਹਿਬ ਦੇ ਅੰਦਰੋਂ ਲੰਘ ਕੇ ਰਸਤਾ ਬਣਦਾ ਸੀ, ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਸ ਤੌਰ 'ਤੇ ਕੋਵਿਡ ਦੇ ਸਮੇਂ ਦੇ ਵਿੱਚ ਜਿਸ ਵਕਤ ਦੇਖਿਆ ਕਿ ਅਕਾਲੀ ਸਿੱਖਾਂ ਦੀ ਮੰਗ ਨਹੀਂ ਹੈ, ਇਹ ਦਿੱਲੀ ਦੇ ਹਰ ਉਸ ਲੋਕਾਂ ਦੀ ਮੰਗ ਹੈ ਜਿਨ੍ਹਾਂ ਦੀ ਸਾਡੇ ਨਾਲ ਜਿਹੜੀ ਇੱਕ ਸਾਂਝ ਹੈ, ਔਰ ਸਾਂਝ ਕਿਸ ਤਰ੍ਹਾਂ ਦੀ ਹੈ, ਜਿੱਥੇ ਸਾਡੇ ਅੰਗੀਠੇ ਦੀ ਸਾਂਝ ਹੁੰਦੀ ਹੈ, ਹਿੰਦੂ ਸਿੱਖ ਭਾਈਚਾਰੇ ਦੀ ਇੱਕ ਬਹੁਤ ਵੱਡੀ ਸਾਂਝ ਹੈ ਕਿ ਜਿੱਥੇ ਅੰਗੀਠਾ ਸਾਹਿਬ ਇਕੱਠਾ ਹੋਏ, ਜਿੱਥੇ ਸਾਡਾ ਸੰਸਕਾਰ ਇਕੱਠੇ ਹੁੰਦੇ ਹੋਣ ਔਰ ਫੁੱਲ ਪ੍ਰਵਾਹ ਇਕੱਠੇ ਹੁੰਦੇ ਹੋਣ। ਸੋ ਇਹ ਮੰਗ ਜਿਹੜੀ ਸੀ ਦਿੱਲੀ ਦੇ ਲੋਕਾਂ ਦੀ ਸੀ, ਔਰ ਇਹਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਇਹ ਸੁੰਦੀਕਰਨ ਕਰਕੇ ਜੋ ਰਸਤਾ ਬਣਾਇਆ, ਔਰ ਇਹਦਾ ਵਿਸ਼ੇਸ਼ ਸਹਿਯੋਗ ਇਹਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਜਿਹੜੇ ਪਦਮ ਸ਼੍ਰੀ ਨੇ ਬਹੁਤ ਵੱਡੀਆਂ ਸੇਵਾਵਾਂ ਇਹ ਅੱਗੇ ਗੁਰੂ ਘਰਾਂ ਦੇ ਵਿੱਚ ਵੀ ਕਰ ਰਹੇ ਹੈ ਔਰ ਸਮਾਜ ਦੇ ਵਿੱਚ ਜਿੱਥੇ ਵੀ ਲੋੜ ਪੈਂਦੀ ਉਹ ਕਰਦੇ ਹੈ। ਅਸੀਂ ਇਹ ਸੇਵਾ ਗੁਰੂ ਘਰ ਵੱਲੋਂ ਇਹਨਾਂ ਨੂੰ ਦਿੱਤੀ ਔਰ ਇਹਨਾਂ ਨੇ ਖੜ੍ਹੇ ਮੱਥੇ ਪ੍ਰਵਾਨ ਕਰਕੇ ਅੱਜ ਤੁਸੀਂ ਦੇਖਿਆ ਕਿੰਨੇ ਸੋਹਣੇ ਤਰੀਕੇ ਦੇ ਨਾਲ ਇੱਕ ਪਹਿਲੇ ਚਬੂਤਰਾ ਜਿਹਾ ਬਣਾ ਦਿੱਤਾ ਗਿਆ ਜਿੱਥੇ ਸਾਰਾ ਪਰਿਵਾਰ ਇਕੱਠਾ ਹੋ ਸਕਦਾ ਹੈ, ਔਰ ਉੱਥੋਂ
ਲਗਾਤਾਰ ਜਿਹੜਾ ਪੈਸੇਜ ਬਣਿਆ ਔਰ ਉਸ ਪੈਸੇਜ ਦੇ ਵਿੱਚ ਗੁਰਬਾਣੀ ਦੀਆਂ ਤੁੱਕਾਂ, ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਔਰ ਜਿਹੜਾ ਰਸਤਾ ਹੈ ਇਸ ਦਾ ਜਾ ਕੇ ਜਮੁਨਾ ਜੀ ਦੇ ਵਿੱਚ ਜਾਂਦਾ ਹੈ ਜਿੱਥੇ ਇਹ ਫੁੱਲ ਤਾਰਨ ਦੀ ਰਸਮ ਪੂਰੀ ਕੀਤੀ ਜਾਏ। ਸੋ ਇਹ ਬਹੁਤ ਵੱਡੀ ਮੰਗ ਨੂੰ ਅੱਜ ਪੂਰਾ ਕੀਤਾ ਔਰ ਮੈਂ ਧੰਨਵਾਦ ਕਰਦਾ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਸਾਹਿਬ ਦਾ, ਸਮੁੱਚੀ ਉਹਨਾਂ ਦੇ ਨਾਲ ਸਹਿਯੋਗੀ ਸਾਥੀ ਉਹਨਾਂ ਦੇ ਪਰਿਵਾਰ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਟੀਮ ਹੈ ਸਨ ਫਾਊਂਡੇਸ਼ਨ ਔਰ ਵਰਲਡ ਪੰਜਾਬੀ ਔਰਗਨਾਈਜੇਸ਼ਨ ਦੇ ਸਾਰੇ ਸਾਥੀਆਂ ਦਾ ਜਿਹੜਾ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕੰਮ ਕਰਦੇ ਆ ਔਰ ਇਹ ਜਿਹੜੀ ਮੰਗ ਸੀ ਇਹਨੂੰ ਸੰਗਤਾਂ ਤੱਕ ਅੱਜ ਪਹੁੰਚਾਇਆ ਔਰ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਦਿੱਲੀ ਦੀ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਕਿ ਇਹ ਗੁਰੂ ਘਰ ਦੇ ਵਿੱਚ ਜਿਹੜਾ ਅਸਤ ਘਾਟ ਬਣਿਆ ਗੁਰੂ ਘਰ ਦੇ ਨਾਲ ਲੱਗਦੀ ਜਗ੍ਹਾ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਜਿਨ੍ਹਾਂ ਦੀ ਆਪਣੇ ਜਿਹੜੇ ਰਸਮਾਂ ਹੈਗੀਆਂ ਨੇ ਉਹਨਾਂ ਰਸਮਾਂ ਦੇ ਆਧਾਰ ਦੇ ਨਾਲ ਜਿਹੜੇ ਫੁੱਲ ਪ੍ਰਵਾਹ ਕਰਦੇ ਨੇ ਉਹ ਇੱਥੇ ਕੋਈ ਵੀ ਆ ਸਕਦਾ ਚਾਹੇ ਉਹ ਹਿੰਦੂ ਹੋਏ ਚਾਹੇ ਉਹ ਸਿੱਖ ਹੋਏ ਔਰ ਇਹ ਜਗ੍ਹਾ ਜਿਹੜੀ ਹੈ ਸਾਰਿਆਂ ਲਈ ਖੁੱਲ੍ਹੀ। ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਔਰ ਸੈਕਟਰੀ ਜਨਰਲ ਸੈਕਟਰੀ ਕਾਹਲੋਂ ਸਾਹਿਬ, ਸਾਰੇ ਕਮੇਟੀ ਦੇ ਮੈਂਬਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੇਵਾ ਸਾਨੂੰ ਬਖਸ਼ੀ ਔਰ ਦਿੱਲੀ 'ਚ ਇਹਦੀ ਬੜੀ ਲੋੜ ਸੀ। ਇਟ ਇਜ਼ ਦਾ ਫਸਟ ਸਿਵਿਕ ਕਮਿਊਨਿਟੀ ਇਨ ਡੈਲੀ। ਮੈਨੂੰ ਸਮਝ ਨਹੀਂ ਆਉਂਦਾ ਕਿ ਸਰਕਾਰਾਂ ਵੀ ਆਈਆਂ, ਕਈ ਕੰਮ ਹੋਏ, ਚਲੋ, ਲੇਕਿਨ ਅੱਜ ਜੋ ਇੱਥੇ ਜਮੁਨਾ ਘਾਟ ਦੇ ਉੱਤੇ ਅਸਤ ਘਾਟ ਬਣਿਆ ਗੁਰਦੁਆਰਾ ਮਜਨੂ ਕਾ ਟਿੱਲਾ ਵਿਖੇ, ਉਹ ਬਹੁਤ ਹੀ ਇੱਕ ਸਹਿਜ ਤਰੀਕੇ ਨਾਲ ਰਮਣੀਕ ਜਗ੍ਹਾ ਦੇ ਵਿੱਚ, ਇਟ ਹੈਜ਼ ਬੀਨ ਬਿਊਟੀਫੁੱਲੀ ਲੈਂਡਸਕੇਪ ਔਨ ਦਾ ਬੈਂਕਸ ਔਫ ਜਮੁਨਾ। ਯੂ ਜਸਟ ਕਮ ਟੂ ਦਾ ਗੁਰਦੁਆਰਾ, ਯੂ ਜਸਟ ਵਾਕ ਔਨ ਦਾ ਬੈਂਕਸ ਔਫ ਜਮੁਨਾ ਔਰ ਉੱਥੋਂ ਗੁਰਬਾਣੀ ਦਾ ਕੀਰਤਨ ਸੁਣਦੇ ਸੁਣਦੇ ਤੁਸੀਂ ਸਾਰਾ ਦੇਖਿਆ ਆਰਾਮ ਦੇ ਨਾਲ, ਸਾਰੀ ਕੈਨੋਪੀ ਲੱਗੀ ਹੈ, ਚਾਹੇ ਬਾਰਿਸ਼ ਹੈ ਕੁਛ ਹੈ, ਉਹ ਵੀਲ ਚੇਅਰ ਵੀ ਪ੍ਰੋਵਾਈਡ ਕੀਤੀਆਂ, ਫਿਰ ਸੀੜੀਆਂ ਔਰ ਪਾਣੀ ਦੇ ਵਾਟਰ ਫਲੋਸ, ਜਮੁਨਾ ਦੇ ਵਾਟਰ ਲੈਵਲ ਦੇ ਹਿਸਾਬ ਨਾਲ ਦੋ ਅਸਥਾਨ ਅਸਥੀ ਪ੍ਰਵਾਹ ਦੇ ਬਣਾਏ ਗਏ ਅਤੇ ਬੜੀ ਸ਼ਰਧਾ ਪੂਰਵਕ ਆਪਣੇ ਜਿਹੜੇ ਪੂਰਵਜ ਹੈ, ਆਪਣੇ ਜਿਹੜੇ ਵਿਛੜ ਗਏ ਆ ਜਿਹੜੇ, ਉਹਨਾਂ ਨੂੰ ਇੱਥੇ ਆਖਰੀ, ਕਿਉਂਕਿ ਵਿਦਾਇਗੀ ਹੁੰਦੀ ਹੈ ਫੁੱਲ ਤਾਰਨਾ, ਅਤੇ ਸਾਰੇ ਦਿੱਲੀ ਵਾਸੀਆਂ ਨੂੰ ਮੈਂ ਇਸ ਗੱਲ ਦੀ ਸਮਝੋ ਕਿ ਵੀ ਵਧਾਈ ਇੱਕ ਤਰੀਕੇ ਦੀ ਹੈ ਕਿ ਵੀ ਆਪਣੇ ਮਰਨਾ ਸਭ ਨੇ ਹੈ, ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ, ਅਸਾਂ ਵੀ ਉੱਥੇ ਜਾਣਾ। ਰਾਮ ਗਏ ਰਾਵਣ ਗਏ ਜਾ ਕੋ ਬਹੁ ਪਰਿਵਾਰ, ਕਹੁ ਨਾਨਕ ਫਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ, ਅਤੇ ਇਹ ਫੈਸਿਲਿਟੀ ਬਣੀ ਹੈ। ਮੇਰੀ ਦਿੱਲੀ ਵਾਸੀਆਂ ਅੱਗੇ ਅਪੀਲ ਹੈ ਕਿ ਇਸ ਫੈਸਿਲਿਟੀ ਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰੋ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਇੱਕ ਵਾਰੀ ਫਿਰ ਧੰਨਵਾਦ ਕਰਦਾ। ਜਿਸ ਮੌਕੇ 'ਤੇ ਦਾਦੂਵਾਲ ਜੀ, ਬੰਗਾ ਜੀ, ਚੱਡਾ ਸਾਹਿਬ ਸਾਰੇ ਪਹੁੰਚੇ ਨੇ, ਮੈਂ ਸਭ ਦਾ ਧੰਨਵਾਦ। ਜਮੁਨਾ ਦੇ ਕਿਨਾਰੇ ਗੁਰਦੁਆਰਾ ਮਜਨੂ ਕਾ ਟਿੱਲਾ ਸਾਹਿਬ ਦੀ ਬੈਕ ਸਾਈਡ ਦੇ ਉੱਤੇ ਅਸਤ ਘਾਟ ਜਿਹੜਾ ਬਣਾਇਆ ਗਿਆ ਉਸ ਨੂੰ ਸੰਗਤਾਂ ਦੇ ਸਪੁਰਦ ਕੀਤਾ ਗਿਆ। ਇਸ ਅਸਤ ਘਾਟ ਦੀ ਬੜੇ ਲੰਬੇ ਸਮੇਂ ਤੋਂ ਦਿੱਲੀ ਦੀ ਸੰਗਤ ਦੀ ਮੰਗ ਸੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਾਰਜ ਕਰਨ ਦੀ ਜੋ ਸੇਵਾ ਸੀ ਉਹ ਬਹੁਤ ਹੀ ਸਤਿਕਾਰਯੋਗ ਪਦਮ ਸ਼੍ਰੀ ਮੈਂਬਰ ਪਾਰਲੀਮੈਂਟ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਹੋਰਾਂ ਨੂੰ ਦਿੱਤੀ। ਉਹਨਾਂ ਨੇ ਇਹ ਸੇਵਾ ਪ੍ਰਵਾਨ ਕੀਤੀ ਔਰ ਬੜੀ ਭਾਵਨਾ ਦੇ ਨਾਲ ਉਹਨਾਂ ਨੇ ਇਹ ਸੇਵਾ ਨਿਭਾਈ ਔਰ ਇਹ ਬਹੁਤ ਹੀ ਸੁੰਦਰ ਅਸਥਾਨ ਜਿਹੜਾ ਇਸ ਸਮੇਂ ਡਿਵੈਲਪ ਕੀਤਾ ਗਿਆ ਬਹੁਤ ਰਮਣੀਕ ਜਗ੍ਹਾ ਹੈ। ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਜਦੋਂ ਆਉਣ 'ਤੇ ਬੜਾ ਕੰਫਰਟੇਬਲ ਹੋਵੇ, ਗੁਰਬਾਣੀ ਚੱਲ ਰਹੀ ਹੈ, ਪੂਰਾ ਜੋ ਕੋਰੀਡੋਰ ਹੈ, ਪੂਰਾ ਪੈਸਜ ਹੈ ਉਹ ਬਹੁਤ ਸੁੰਦਰ ਬਣਾਇਆ ਗਿਆ, ਗ੍ਰੀਨ ਦੋਨੋਂ ਤਰਫ ਗ੍ਰੀਨਰੀ ਹੈ। ਇਹ ਕਿਉਂਕਿ ਲੋੜ ਸੀ ਔਰ ਲਾਸਟ ਰਾਈਡਸ ਹੁੰਦੀਆਂ ਜਿਹੜੀਆਂ ਜਦੋਂ ਅਸਥੀਆਂ ਜਲ ਪ੍ਰਵਾਹ ਹੁੰਦੀਆਂ
ਸੋ ਇਹ ਮੈਂ ਸਮਝਦਾ ਕਿ ਅੱਜ ਜੋ ਇਹ ਇਸ ਸਥਾਨ ਦਾ ਅੱਜ ਜੋ ਸ਼ੁਭਾਰੰਭ ਕੀਤਾ ਗਿਆ, ਇਸ ਦੇ ਲਈ ਦਿੱਲੀ ਦੀ ਸੰਗਤ ਵਿਸ਼ੇਸ਼ ਤੌਰ 'ਤੇ ਔਰ ਦਿੱਲੀ ਦੇ ਆਸ ਪਾਸ ਤੋਂ ਸੰਗਤ ਜਿਹੜੇ ਕੀਰਤਪੁਰ ਸਾਹਿਬ ਜਾਂਦੇ ਸੀ ਜਾਂ ਸਾਡੇ ਹਿੰਦੂ ਵੀਰ ਜਿਹੜੇ ਆ ਉਹ ਹਰਿਦੁਆਰ ਜਾਂਦੇ ਸੀ, ਉਹ ਸਾਰੇ ਹੀ ਹੁਣ ਇਸ ਜਗ੍ਹਾ ਦੇ ਉੱਤੇ, ਇਸ ਸਥਾਨ ਦੇ ਉੱਤੇ ਆ ਸਕਦੇ ਆ। ਔਰ ਜਿੱਥੋਂ ਤੱਕ ਪਾਣੀ ਦੀ ਗੱਲ ਹੈ, ਜਲ ਦੀ ਗੱਲ ਹੈ, ਉਸ ਨੂੰ ਵੀ ਸਾਫ਼ ਸੁਥਰਾ ਕਰਨ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ STP ਪਲਾਂਟ ਲਗਾਇਆ ਗਿਆ ਤਾਂ ਕਿ ਉਹ ਜਿਹੜੀ ਲਾਸਟ ਰਾਈਟਸ ਹੈ, ਜੋ ਲਾਸਟ ਸਤਿਕਾਰ ਹੈ, ਜੋ ਪ੍ਰਾਣੀ ਵਿਛੜ ਗਿਆ ਹੈ, ਉਸ ਨੂੰ ਸਤਿਕਾਰ ਸਹਿਤ ਜਿਹੜਾ ਉਹ ਵਿਦਾ ਕੀਤਾ ਜਾਏ। ਸੋ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਾਰਜ ਸੰਪੰਨ ਕੀਤੇ ਆ, ਔਰ ਮੈਂ ਧੰਨਵਾਦ ਕਰਦਾ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਸਾਹਿਬ ਦਾ ਜਿਨ੍ਹਾਂ ਨੇ ਸੇਵਾ ਲਈ। ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦਿਸੈ ਸੋ ਕਰਲੇ ਕਰਨਾ, ਧੁਰ ਕੀ ਬਾਣੀ ਦੇ ਅਟਲ ਬਚਨ ਨੇ ਕਿ ਚਾਹੇ ਕੋਈ ਬਾਦਸ਼ਾਹ ਚਾਹੇ ਕੋਈ ਆਮ ਹੈ, ਹਰੇਕ ਨੇ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ, ਮਰਨ ਲਿਖਾਏ ਮੰਡਲ ਮੈਂ ਆਏ। ਇਹ ਫਾਨੀ ਸੰਸਾਰ ਹੈ, ਇੱਥੇ ਸਦਾ ਕੋਈ ਵੀ ਨਹੀਂ ਰਿਹਾ। ਔਰ ਇਹ ਜਿਹੜੀਆਂ ਧਾਰਮਿਕ ਰਸਮਾਂ ਨਿਭਾਉਂਦਿਆਂ ਅਸਥੀਆਂ ਜਲ ਪ੍ਰਵਾਹ ਕਰਨ ਦੀ ਰਸਮ ਹੁੰਦੀ ਹੈ, ਉਹਦੇ ਵਾਸਤੇ ਸੰਗਤਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ। ਉਹਦੇ ਵਾਸਤੇ ਦਿੱਲੀ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ ਜੋ ਜਮੁਨਾ ਦੇ ਉੱਤੇ ਅਸਥੀਆਂ ਜਲ ਪ੍ਰਵਾਹ ਕਰਦੀਆਂ ਸੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਪਦਮ ਸ਼੍ਰੀ ਸਰਦਾਰ ਵਿਕਰਮਜੀਤ ਸਿੰਘ ਦੀ ਸਾਹਨੀ ਮੈਂਬਰ ਰਾਜ ਸਭਾ ਜਿਨ੍ਹਾਂ ਦੇ ਪਰਿਵਾਰ ਨੇ ਇਹ ਸੇਵਾ ਆਪਣੀ ਝੋਲੀ 'ਚ ਪਵਾਈ ਕਿ ਉਹਨਾਂ ਨੇ ਇੱਥੇ ਸੁੰਦਰ ਇੱਕ ਅਸਤ ਘਾਟ ਜਿਹੜਾ ਜਮੁਨਾ ਦੇ ਕੰਢੇ 'ਤੇ ਉਹਦਾ ਨਿਰਮਾਣ ਕਰਵਾਇਆ, ਜਿਹੜਾ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਆ ਕੇ ਕੋਈ ਵੀ ਪ੍ਰਾਣੀ ਜਿਹੜਾ ਹੈਗਾ ਆਪਣੇ ਬਜ਼ੁਰਗਾਂ ਆਪਣੇ ਸੱਜਣਾਂ ਦੀਆਂ ਇੱਥੇ ਅਸਥੀਆਂ ਜਿਹੜੀਆਂ ਉਹ ਜਲ ਪ੍ਰਵਾਹ ਕਰ ਸਕਦਾ, ਕਿਉਂਕਿ ਮੌਤ ਇੱਕ ਅਟਲ ਸੱਚਾਈ ਹੈ, ਮਰਨਾ ਸਭ ਨਹੀਂ ਹੈ। ਸੋ ਇਹ ਜਿਹੜਾ ਸੇਵਾ ਦਾ ਕਾਰਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਪ੍ਰਾਪਤ ਕਰਕੇ ਸਰਦਾਰ ਸਾਹਨੀ ਸਾਹਿਬ ਉਹਨਾਂ ਦੇ ਪ੍ਰਬੰਧਨ ਕੀਤਾ, ਇਸ ਗੱਲ ਦੀ ਮੈਂ ਸਰਦਾਰ ਸਾਹਨੀ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦਾ, ਦਿੱਲੀ ਕਮੇਟੀ ਨੂੰ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਸੋਹਣੀ ਸੁੰਦਰ ਜਗ੍ਹਾ ਜਿਹੜੀ ਹੈ ਅਸਥੀਆਂ ਜਲ ਪ੍ਰਵਾਹ ਕਰਨ ਵਾਸਤੇ ਬਣਾਈ ਹੈ। ਸੋ ਇਹਦਾ ਸੰਗਤਾਂ ਜਿਹੜਾ ਉਹ ਲਾਭ ਪ੍ਰਾਪਤ ਕਰ ਸਕਦੀਆਂ ਨੇ। ਇੱਕ ਵਾਰ ਫਿਰ ਮੈਂ ਦਿੱਲੀ ਕਮੇਟੀ ਔਰ ਸਰਦਾਰ ਸਾਹਨੀ ਸਾਹਿਬ ਉਹਨਾਂ ਦੇ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸੇਵਾ ਆਪਣੀ ਝੋਲੀ 'ਚ ਪਵਾਈ ਹੈ, ਇਸ ਗੱਲ ਨੂੰ ਵਧਾਈ ਦੇ ਪਾਤਰ। ਕਾਨੂੰਨ ਪੁਲਿਸ ਨੇ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕੀਤਾ। ਦਰਅਸਲ ਕਸਬਾ ਕਾਨੂੰਨ ਦੀ ਧੱਕਾ ਕਲੋਨੀ ਨੇੜੇ ਬਿਜਲੀ ਘਰ ਕਾਨੂੰਨ ਦੇ ਨੇੜੇ ਹੋਏ ਝਗੜੇ ਵਿੱਚ ਰਾਜਨ ਮਸੀਹ ਨਾਮੀ ਨੌਜਵਾਨ ਜ਼ਖਮੀ ਹੋ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਹਮਲੇ ਵਿੱਚ ਨੌਜਵਾਨ ਦਾ ਪਿਤਾ ਵੀ ਗੰਭੀਰ ਜ਼ਖਮੀ ਹੋ ਗਿਆ ਸੀ, ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ। ਆਰਥਿਕ ਸੰਕਟ ਦੇ ਨਾਲ ਜੂਝ ਰਹੇ ਪੰਜਾਬੀ ਲੋਕ ਗਾਇਕਾਂ ਅਤੇ ਸਭ ਤੋਂ ਲੰਬੀ ਹੇਕ ਦੀ ਮਾਲਕ ਮਰਹੂਮ ਗੁਰਮੀਤ ਬਾਵਾ ਦੇ ਪਰਿਵਾਰ ਲਈ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਮਦਦ ਦਾ ਹੱਥ ਵਧਾਇਆ। ਅਕਸ਼ੇ ਕੁਮਾਰ ਨੇ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਦੇ ਬੈਂਕ ਅਕਾਊਂਟ ਵਿੱਚ 25 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ ਨੇ। ਇਹ ਮਦਦ ਗਲੋਰੀ ਬਾਵਾ ਦੇ ਪਰਿਵਾਰ ਤੱਕ ਉਹਨਾਂ ਦੇ ਹਾਲਾਤਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਹੁੰਚੀ ਹੈ, ਜਿਸ ਤੋਂ ਬਾਅਦ ਗਲੋਰੀ ਬਾਵਾ ਨੇ ਅਕਸ਼ੇ ਕੁਮਾਰ ਦਾ ਧੰਨਵਾਦ ਕੀਤਾ ਹੈ। ਅਕਸ਼ੇ ਕੁਮਾਰ ਭਾਅ ਜੀ ਨੇ ਆਪਣੀ ਵੱਡਾ ਭਰਾ ਬਣ ਕੇ ਅਤੇ ਉਹਨਾਂ ਨੇ ਮੈਨੂੰ ਮਦਦ ਕੀਤੀ ਹੈ ਜੀ, ਮੇਰੀ ਜੀ ਕਿੰਨੀ ਮਦਦ ਕੀਤੀ ਹੈ ਜੀ ਸਰ? ਉਹਨਾਂ ਨੇ 25 ਲੱਖ ਰੁਪਇਆ ਭੇਜਿਆ ਜੀ ਮੈਨੂੰ। ਹੋਰ ਕੌਣ ਕੌਣ ਕਲਾਕਾਰ ਆ ਜੋ ਅੱਗੇ ਆਏ? ਕਲਾਕਾਰ ਤਾਂ ਨਹੀਂ ਸਰ, ਪਰ ਕੁਲਦੀਪ ਸਿੰਘ ਜੀ ਧਾਲੀਵਾਲ ਜੀ ਆਏ ਸੀ, DC ਸਾਹਿਬ ਆਏ ਸੀ, ਉਹਨਾਂ ਨੇ ਵੀ ਮੈਨੂੰ ਮੇਰੀ ਮਦਦ ਕੀਤੀ ਹੈ ਆਪਣਾ, ਅਤੇ ਪੂਰਾ ਮੈਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਭੀੜ ਸਾਡੇ ਪਰਿਵਾਰ 'ਤੇ ਪਈ ਹੈ ਉਹਦੀ ਮਦਦ ਪੂਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕਰੇਗੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਅਧੀਨ ਪੈਂਦੇ ਪਿੰਡ ਸੈਦੋਂ ਸ਼ਹਿਰਾ ਭਲਾਈ ਕਮੇਟੀ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਅਤੇ ਸੜਕਾਂ ਦੀ ਮਾੜੀ ਹਾਲਤ ਦੇ ਵਿਰੋਧ ਵਿੱਚ ਬੱਸ ਸਟੈਂਡ ਸੈਦੋਂ ਸ਼ਹਿਰਾ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਮੇਟੀ ਦੇ ਮੈਂਬਰਾਂ ਨੇ ਪ੍ਰਤੀਕ ਦੇ ਤੌਰ ਉੱਤੇ ਸੜਕ ਉੱਤੇ ਝੋਨੇ ਦੀ ਲਵਾਈ ਕੀਤੀ ਅਤੇ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਦਿੱਕਤ ਆਉਂਦੀ ਹੈ। ਸਾਡੇ ਪਿੰਡ ਨੂੰ ਪਹੁੰਚਣ ਵਾਲੀਆਂ ਦੋਨੇ ਸੜਕਾਂ ਦੀ ਹਾਲਤ ਇਹ ਹੈ ਵੀ ਗੰਦੇ ਪਾਣੀ ਦਾ ਨਿਕਾਸ ਦੋਨਾਂ ਸੜਕਾਂ ਦੇ ਉੱਪਰ ਹੈ ਨਹੀਂ, ਜਿਹਦੇ ਕਰਕੇ ਜਿਹੜਾ ਜਿੰਨੇ ਵੀ ਲੋਕਾਂ ਦਾ ਗੰਦਾ ਪਾਣੀ ਹੈ ਘਰਾਂ ਦਾ ਉਹ ਸੜਕ ਦੇ ਉੱਪਰ ਆਉਂਦਾ ਹੈ। ਦੂਜੇ ਪਾਸੇ ਜਿਹੜੀ ਸੜਕ ਹੈ ਉਹ ਤਾਂ ਕਈ ਸਾਲਾਂ ਦੀ ਬਣੀ ਹੋਈ ਨਹੀਂ। ਅਸੀਂ ਛੋਟੇ ਛੋਟੇ ਸਕੂਲ ਨੂੰ ਸਾਈਕਲਾਂ 'ਤੇ ਜਾਂਦੇ ਸੀ ਜਦੋਂ ਅਸੀਂ ਦੇਖੀ ਇਹ ਸੜਕ ਬਣੀ। ਅੱਜ ਹਾਲਤ ਇਹ ਹੈ ਵੀ ਸੜਕ ਘੱਟ ਅਤੇ ਸਾਨੂੰ ਛੱਪੜ ਜ਼ਿਆਦਾ ਲਿਖਦਾ ਹੈ। ਇਸ ਕਰਕੇ ਅਸੀਂ ਕਿਉਂਕਿ ਮਹਿਕਮਾ ਜਿਹੜਾ ਹੈ BDPO ਹਾਜੀਪੁਰ ਉਹਨਾਂ ਨੂੰ ਕਈ ਲੰਬੇ ਸਮੇਂ ਤੋਂ 8-9 ਮਹੀਨੇ ਪਹਿਲਾਂ ਤੋਂ ਦਰਖਾਸਤਾਂ ਦਿੱਤੀਆਂ ਹੋਈਆਂ ਹੈ ਵੀ ਸਾਡੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰੋ। ਨਾ ਤਾਂ ਇੱਥੋਂ ਦੇ ਜਿਹੜੇ ਮੋਹਤਵਾਰ ਜ਼ਿੰਮੇਵਾਰ ਲੋਕ ਆ ਉਹਨਾਂ ਦੇ ਵੱਲੋਂ ਕੁਛ ਕੀਤਾ ਗਿਆ। ਜੇ ਲੋਕ ਆਪ ਕਿਸੇ ਨੂੰ ਬੋਲਣ ਤਾਂ ਉਹ ਲੜਾਈ ਝਗੜੇ ਦਾ ਕੇਂਦਰ ਬਣਦਾ। ਅਸੀਂ ਮਹਿਕਮੇ ਨੂੰ ਲਗਾਤਾਰ ਦਰਖਾਸਤਾਂ ਦਿੱਤੀਆਂ ਪਰ ਮਹਿਕਮੇ ਨੇ ਜ਼ਮੀਨੀ ਸਤਰ ਦੇ ਉੱਪਰ ਕੋਈ ਕੰਮ ਨਹੀਂ ਕੀਤਾ, ਜਿਸ ਕਰਕੇ ਅੱਜ ਮਹਿਕਮੇ ਦੇ BDPO ਹਾਜੀਪੁਰ ਦਾ ਪੁਤਲਾ ਫੂਕਿਆ ਹੈ। ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਹਮੇਸ਼ਾ ਭਖਿਆ ਰਹਿੰਦਾ ਹੈ। ਜਿਸ ਤਰੀਕੇ ਮਾਈਨਿੰਗ ਦੀ ਵਜ੍ਹਾ ਨਾਲ ਨੰਗਲ ਦਾ ਨਜ਼ਦੀਕੀ ਐਲਗਰਾ ਪੁਲ ਇਸ ਦੀ ਭੇਟ ਚੜ੍ਹ ਗਿਆ ਸੀ, ਉਸ ਤੋਂ ਬਾਅਦ ਹੁਣ ਸ਼੍ਰੀ ਅਨੰਦਪੁਰ ਸਾਹਿਬ ਦੇ ਬੁਰਜ ਪਿੰਡ ਵਿੱਚ ਵੀ ਪੁਲ ਨੂੰ ਕਿਤੇ ਨਾ ਕਿਤੇ ਮਾਈਨਿੰਗ ਦੀ ਵਜ੍ਹਾ ਨਾਲ ਖਤਰਾ ਹੋ ਸਕਦਾ ਹੈ, ਕਿਉਂਕਿ ਇਸ ਪੁਲ ਤੋਂ ਤਕਰੀਬਨ 100 ਮੀਟਰ ਦੀ ਦੂਰੀ ਉੱਤੇ ਹੀ ਮਾਈਨਿੰਗ ਕੀਤੀ ਜਾ ਰਹੀ ਸੀ, ਜੋ ਕਿ ਲਗਭਗ 500 ਮੀਟਰ ਦੀ ਦੂਰੀ 'ਤੇ ਕੀਤੀ ਜਾਣੀ ਚਾਹੀਦੀ ਹੈ। ਲਗਭਗ ਪਿਛਲੇ 20 ਦਿਨਾਂ ਤੋਂ 25 ਦਿਨਾਂ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਇਸ ਪਿੰਡ ਵਿੱਚ ਡੀਸਲਟਿੰਗ ਦੇ ਨਾਮ ਉੱਤੇ ਮਾਈਨਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਵਿਭਾਗ ਇਸ ਨੂੰ ਜਾਇਜ਼ ਮੰਨ ਰਿਹਾ ਪਰ ਪਿੰਡ ਵਾਸੀ ਇਸ ਦਾ ਵਿਰੋਧ ਕਰ ਰਹੇ ਨੇ। ਇਸ ਉਪਰੰਤ ਤਹਿਸੀਲਦਾਰ ਨੇ ਦੱਸਿਆ ਕਿ ਫਿਲਹਾਲ ਮਾਈਨਿੰਗ ਰੋਕ ਦਿੱਤੀ ਗਈ ਹੈ ਅਤੇ ਪਿੰਡ ਵਾਸੀਆਂ ਦੀ ਮੀਟਿੰਗ ਸੋਮਵਾਰ ਸਵੇਰੇ 11 ਵਜੇ SDM ਦੇ ਨਾਲ ਰੱਖੀ ਗਈ ਹੈ। ਇਹ ਤਾਂ ਇਹ ਸਿੱਧਾ ਸਿੱਧਾ ਪਿੰਡ ਨੂੰ ਨੁਕਸਾਨ ਹੈ ਜੀ, ਠੀਕ ਹੈ ਜੀ। ਇਹ ਤਾਂ ਸਾਡੇ ਬਾਬਿਆਂ ਦੀ ਅਬਾਰ ਕਿਰਪਾ ਹੋਈ ਸੰਤ ਬਾਬਾ ਲਾਭ ਸਿੰਘ ਜੀ ਦੀ, ਜਿਨ੍ਹਾਂ ਨੇ 40 ਘਰਾਂ ਵਾਸਤੇ 50 ਕਰੋੜ ਰੁਪਇਆ ਲਾ ਕੇ ਸਾਨੂੰ ਇਹ ਲਾਗਤ ਨਾਲ ਪੁਲ ਬਣਾ ਕੇ ਦਿੱਤਾ। ਅਸੀਂ ਸਰਕਾਰ ਕੋਲ ਵੀ ਗਏ ਸੀ, ਸਰਕਾਰ ਨੇ ਸਿੱਧਾ ਪੱਲਾ ਝਾੜਤਾ ਭਾਈ ਸਾਡਾ ਕੋਈ ਲੈਣਾ ਦੇਣਾ, ਕਾਰ ਸੇਵਾ ਦਾ ਕੰਮ ਚੱਲਦਾ ਜਦੋਂ ਚੱਲਦਾ ਸੀ, ਠੀਕ ਹੈ। ਜਦੋਂ ਹੁਣ ਪੁਲ ਬਣ ਗਿਆ ਤਾਂ ਇਹ ਜਿਹੜੀ ਅਨਲੀਗਲ ਮਾਈਨਿੰਗ ਚੱਲ ਰਹੀ, ਪਹਿਲੀ ਗੱਲ ਤਾਂ ਅਨਲੀਗਲ ਹੀ ਹੈ ਕਿਉਂਕਿ 100 ਮੀਟਰ ਦਾਇਰੇ ਦੇ ਵਿੱਚ, ਮਤਲਬ 500 ਮੀਟਰ ਦਾਇਰੇ ਤੋਂ ਬਾਹਰ ਹੋਣੀ ਚਾਹੀਦੀ ਜੋ ਵੀ ਮਾਈਨਿੰਗ ਚੱਲਦੀ ਹੈ ਨਾ ਜੀ, ਅਤੇ ਉਸ ਚੀਜ਼ ਦਾ ਜੋ 100 ਮੀਟਰ ਦੇ ਵਿੱਚ ਹੋ ਰਹੀ ਹੈ ਨਾ ਅਤੇ ਉਹ ਚੱਕ ਰਹੀ ਆ, ਅਤੇ ਜਿੱਦਾਂ ਹੁਣ ਬੰਨ ਲੱਗੇ ਹੋਏ ਆ, ਠੀਕ ਹੈ। ਇਹਦਾ ਤਾਂ ਪਿੰਡ ਨੂੰ ਸਿੱਧਾ ਸਿੱਧਾ ਨੁਕਸਾਨ ਹੈ ਕਿਉਂਕਿ ਪਿੰਡ ਨੂੰ ਢਾਲ ਲੱਗ ਜਾਣੀ, ਜਿਹੜਾ ਪੁਲ ਹੈ ਪੁਲ ਨੂੰ ਢਾਲ ਲੱਗ ਜਾਣੀ, ਅਤੇ ਜੇ ਕੱਲ੍ਹ ਨੂੰ ਜਦੋਂ ਪੁਲ ਨੂੰ ਜਦੋਂ ਸਾਨੂੰ ਉਦੋਂ ਪੈਸਾ ਨਹੀਂ ਦਿੱਤਾ ਸਰਕਾਰ ਨੇ ਪੁਲ ਬਣਾਉਣ ਨੂੰ, ਜਦੋਂ ਇਹਦਾ ਨੁਕਸਾਨ ਹੋ ਜਾਏਗਾ ਤਾਂ ਫਿਰ ਸਾਨੂੰ ਫਿਰ ਕੌਣ ਬਣਾ ਕੇ ਦੂੰਗਾ ਪੁਲ? ਬਾਬਿਆਂ ਨੇ ਵੀ ਹੱਥ ਖੜੇ ਕਰਦੇ ਨੇ ਭਾਈ ਤੁਸੀਂ ਤਾਂ ਅਨਲੀਗਲ ਮਾਈਨਿੰਗ ਕਰਵਾਈ ਹੈ ਭਾਈ ਇਹਦੇ ਪਰ, ਤੋਂ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਜਦੋਂ ਮਾਈਨਿੰਗ ਹੋ ਰਹੀ ਸੀ? ਸਾਨੂੰ ਅੱਜ ਇਸ ਪਿੰਡ 'ਚੋਂ ਕੰਪਲੇਂਟ ਆ ਰਹੀ ਸੀਗੀ ਕਿ ਉਰੇ ਇਲੀਗਲ ਮਾਈਨਿੰਗ ਦਾ ਕੰਮ ਚੱਲ ਰਿਹਾ, ਜਿਹਦਾ ਕਿ SDO ਮਾਈਨਿੰਗ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਲੀਗਲ ਡਿਸਿਲਟਿੰਗ ਦਾ ਕੰਮ ਚੱਲ ਰਿਹਾ ਸੀਗਾ, ਅਤੇ ਪਰ ਪਿੰਡ ਵਾਸੀਆਂ ਨੇ ਇਸ 'ਤੇ ਇਤਰਾਜ਼ ਜਤਾਇਆ ਕਿ ਉਰੇ ਤੋਂ ਜਿਹੜਾ ਮਟੀਰੀਅਲ ਨਾ ਚੱਕਿਆ ਜਾਵੇ, ਡਿਸਿਲਟਿੰਗ ਨਾ ਕੀਤੀ ਜਾਵੇ, ਅਤੇ ਇਸ ਕਰਕੇ ਕੰਮ ਨੂੰ ਹਲੇ ਰੁਕਵਾ ਦਿੱਤਾ ਗਿਆ। ਅਤੇ ਬਾਕੀ ਪਿੰਡ ਵਾਸੀਆਂ ਦੇ ਅਤੇ ਦੋ ਧੜੇ ਬਣੇ ਹੋਏ ਆ, ਕੁਛ ਪਿੰਡ ਵਾਸੀ ਕਹਿੰਦੇ ਕਿ ਡਿਸਿਲਟਿੰਗ ਹੋਣੀ ਚਾਹੀਦੀ ਹੈ ਕਿਉਂਕਿ ਹੜ੍ਹਾਂ 'ਚ ਪਾਣੀ ਜ਼ਿਆਦਾ ਆ ਕੇ ਉਹਨਾਂ ਨੂੰ ਖੇਤਾਂ ਨੂੰ ਢਾਹ ਲੱਗਦੀ ਪਾਣੀ ਦੀ, ਡਿਸਿਲਟਿੰਗ ਹੋਣ ਨਾਲ ਜਿਹੜਾ ਰਿਵਰ ਫਲੋ ਠੀਕ ਹੋ ਜਾਏਗਾ। ਅਤੇ ਉਸ ਪਰਪਸ ਨੂੰ ਲੈਂਦੇ ਹੋਏ ਜਿਹੜੀ ਐਪਲੀਕੇਸ਼ਨਸ ਗਈਆਂ ਸੀ ਮਹਿਕਮੇ ਕੋਲ, ਉਸ ਮਹਿਕਮੇ ਨੇ ਪਰਮਿਸ਼ਨ ਲਈ ਸੀ ਡਿਸਿਲਟਿੰਗ ਦੀ, ਅਤੇ ਉਹੀ ਲੀਗਲ ਕੰਮ ਚੱਲ ਰਿਹਾ ਸੀਗਾ, ਪਰ ਲੋਕਾਂ ਨੇ ਜਿਹੜੇ ਕੁਛ ਲੋਕਾਂ ਨੇ ਉਰੇ ਹੋਰ ਪਿੰਡ ਵਾਸੀਆਂ ਨੇ ਇਸ 'ਤੇ ਇਤਰਾਜ਼ ਜਤਾਇਆ ਸੀ, ਇਸ ਕਰਕੇ ਕੰਮ ਨੂੰ ਰੋਕ ਦਿੱਤਾ ਗਿਆ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ, ਧੰਨਵਾਦ।